ਇਸ ਵੇਲੇ ਬਾਰਡਰ ਦੇ ਕੀ ਹਾਲਾਤ ਨੇ ਉਹ ਤੁਹਾਨੂੰ ਤਸਵੀਰ ਦਿਖਾ ਦਿੰਦੇ ਹਾਂ। ਮੇਰੇ ਪਿੱਛੇ ਤੁਸੀਂ ਇਹ ਪੰਜਾਬ ਵਾਲਾ ਪਾਸਾ, ਪਰ ਇੱਥੇ ਇੱਕ ਲਾਈਨ ਖਿੱਚੀ ਗਈ ਹੈ ਕਿ ਇਸ ਤੋਂ ਅੱਗੇ ਕਿਸਾਨਾਂ ਨੇ ਨਹੀਂ ਜਾਣਾ। ਪਰ ਇੱਥੇ ਲਗਾਤਾਰ ਜਿਹੜੇ ਲੋਕ ਨੇ ਆ ਰਹੇ ਨੇ, ਪ੍ਰਦਰਸ਼ਨ ਕਰ ਰਹੇ ਆ। ਅੱਜ ਇੱਕ ਬੀਬੀਆਂ ਦਾ ਜਥਾ ਆਇਆ, ਬੀਬੀਆਂ ਦਾ ਇਹ ਜਥਾ ਇੱਥੇ ਪ੍ਰਦਰਸ਼ਨ ਕਰ ਰਿਹਾ, ਨਾਅਰੇਬਾਜ਼ੀ ਕਰ ਰਹੀਆਂ ਨੇ ਬੀਬੀਆਂ, ਔਰ ਨਾਅਰੇਬਾਜ਼ੀ ਕਰਕੇ ਸੁਨੇਹਾ ਦੇਣ ਦੀ ਕੋਸ਼ਿਸ਼, ਕਿਸਾਨਾਂ ਦੇ ਹੱਕ ਦੇ ਵਿੱਚ ਸਮਰਥਨ ਦੇਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਇਹ ਬੀਬੀਆਂ ਆਖਿਰ ਕਿੱਥੋਂ ਆਈਆਂ ਨੇ, ਕੀ ਕੁਝ ਦੇਣ ਦੇ ਵਿੱਚ ਚੱਲ ਰਿਹਾ? ਬੀਬੀ ਜੀ ਕਿੱਥੋਂ ਆਏ ਤੁਸੀਂ, ਕੀ ਨਾਮ ਤੁਹਾਡਾ? ਗੁਰਵਿੰਦਰ ਕੌਰ ਮੰਡੌਲੀ ਤੋਂ ਆਏ ਜੀ। ਪਟਿਆਲੇ ਤੋਂ? ਹਾਂਜੀ ਪਟਿਆਲੇ ਤੋਂ। ਅੱਛਾ, ਮੈਂ ਦੇਖ ਰਿਹਾ ਤੁਹਾਡਾ ਇੱਕ ਜਥਾ ਆਇਆ, ਕੌਣ ਲੋਕ ਹੋ ਤੁਸੀਂ, ਔਰ ਅੱਜ ਕੀ ਸੋਚ ਕੇ ਇੱਥੇ ਆਏ ਹੋ, ਔਰ ਇੱਥੇ ਖੜ ਕੇ ਇਸ ਬੈਰੀਅਰ ਤੇ ਖੜ ਕੇ ਕੀ ਸੁਨੇਹਾ ਦੇਣਾ ਚਾਹੁੰਦੇ? ਅਸੀਂ ਬੈਰੀਅਰ ਤੇ ਹੀ ਖੜ ਕੇ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤਾਂ ਸਾਡੇ ਮੂਹਰੋਂ ਇਹ ਹਟਾਏ ਜਾਣ, ਨਹੀਂ ਸਾਡੀਆਂ ਮੰਗਾਂ ਮੰਨ ਲੈਣ, ਬਸ ਸਾਡੀ ਆਹੀ ਸੁਨੇਹਾ ਜੀ, ਸਾਡੀਆਂ ਮੰਗਾਂ ਪੂਰੀਆਂ ਕਰ ਦੇਣ, ਨਹੀਂ ਸਾਡੇ ਮੂਹਰੋਂ ਇਹ ਹਟਾਏ ਜਾਣ, ਠੀਕ ਹੈ, ਸਾਡੀ ਆਹੀ ਮੰਗ ਆ। ਅੱਛਾ, ਕਿਵੇਂ ਦੇਖਦੇ ਜਿਹੜਾ ਸਾਹਮਣੇ ਬੈਰੀਕੇਡ ਤੁਸੀਂ ਦੇਖ ਰਹੇ ਹੋ, ਸਾਹਮਣੇ ਬੈਰੀਕੇਡ ਲੱਗੇ ਹੋਏ ਨੇ ਲਗਾਤਾਰ, ਹੁਣ 16 ਦਿਨ ਤਾਂ ਅੱਜ ਇੱਥੇ ਧਰਨਾ ਚੱਲਦੇ ਨੂੰ ਹੋ ਗਿਆ, ਬੈਰੀਕੇਡ ਉਸੇ ਤਰ੍ਹਾਂ ਲੱਗੇ ਹੋਏ ਨੇ, ਅੱਗੇ ਜਾਣ ਤੇ ਮਨਾਹੀ ਹੈ? ਅੱਗੇ ਜਾਣ ਤੇ ਸਰਕਾਰ ਨੇ ਕਰੀ ਹੋਈ ਹੈ ਜੀ ਮਨਾਹੀ, ਠੀਕ ਆ, ਸਰਕਾਰ ਇਹਨਾਂ ਨੂੰ ਪਰਾਂ ਹਟਾ ਦੇਵੇ, ਅਸੀਂ ਅੱਗੇ ਲੰਘ ਕੇ ਦਿਖਾਵਾਂਗੇ, ਠੀਕ ਆ, ਨਹੀਂ ਸਾਡੀਆਂ ਮੰਗਾਂ ਪੂਰੀਆਂ ਕਰ ਦੇਣ, ਬਸ ਸਾਡੀ ਤਾਂ ਇਹੀ ਬੇਨਤੀ ਆ, ਸਾਡੀਆਂ ਮੰਗਾਂ ਮੰਨ ਲਵੇ, ਅਸੀਂ ਕਾਹਨੂੰ ਜਾਵਾਂਗੇ, ਅਸੀਂ ਪਿੱਛੇ ਮੁੜ ਜਾਵਾਂਗੇ ਜੀ ਬਸ। ਅੱਛਾ ਬੀਬੀ ਜੀ, ਨਹੀਂ ਲੱਗਦਾ ਜੇ ਗੱਲਬਾਤ ਦੇ ਰਾਹੀਂ ਮਸਲੇ ਦਾ ਹੱਲ ਹੋ ਜੇ, ਗੱਲਬਾਤ ਦੇ ਰਾਹੀਂ ਗੱਲ ਨਿਬੜ ਜੇ, ਮੀਟਿੰਗ ਦੇ ਰਾਹੀਂ ਗੱਲ ਨਿਬੜ ਜੇ ਤਾਂ ਬਹੁਤ ਚੰਗਾ ਹੈ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪਹਿਲਾਂ 13 ਨੂੰ ਬਣੇ, 21 ਨੂੰ ਬਣੇ, ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ। ਸਾਨੂੰ ਹੱਕ ਸਾਡਾ ਮਿਲ ਜਾਵੇ, ਸਾਨੂੰ ਕੋਈ ਆਉਣੀ ਸਾਡਾ ਹੱਕ ਦੇ ਦੇ, ਮੈਂ ਅਸੀਂ ਇੱਥੇ ਜੇ ਮੁੜ ਜਾਵਾਂਗੇ, ਜੇ ਨਹੀਂ ਹੱਕ ਦਿੰਦੇ ਅਸੀਂ ਅੱਗੇ ਵੱਧ ਜਾਵਾਂਗੇ। ਲਗਾਤਾਰ ਇਹ ਧਰਨਾ ਇਸੇ ਤਰ੍ਹਾਂ ਚੱਲ ਰਿਹਾ। ਬੀਬੀ ਜੀ, ਅਸੀਂ ਦੇਖ ਰਹੇ ਹਾਂ ਕਿ ਬੀਬੀਆਂ ਦਾ ਜਥੇ ਇੱਥੇ ਪਹੁੰਚ ਰਹੇ ਨੇ, ਔਰ ਜਿਹੜੇ ਕਿਸਾਨ ਭਾਈ ਨੇ ਉਹ ਲਗਾਤਾਰ ਇੱਥੇ ਪੱਕੇ ਧਰਨੇ ਤੇ ਬੈਠੇ ਨੇ, ਕਿਸਾਨ ਇੱਥੇ ਬੈਠੇ ਨੇ, ਘਰਾਂ ਦੇ ਵਿੱਚ ਕੀ ਹਾਲਾਤ ਨੇ, ਕਿਉਂਕਿ ਘਰਾਂ ਦੇ ਵਿੱਚ ਤਾਂ ਫਿਰ ਬੀਬੀਆਂ ਤੇ ਜ਼ਿੰਮੇਵਾਰੀ ਆ ਪਈ? ਅਸੀਂ ਲੰਗਰ ਪਾਣੀ ਬਣਾ ਕੇ ਭੇਜ ਰਹੇ ਉਰੇ, ਸਾਡੇ ਵੀਰ ਬੈਠੇ ਨੇ, ਸਾਡੇ ਬਜ਼ੁਰਗ ਬੈਠੇ ਨੇ, ਅਸੀਂ ਉਹਨਾਂ ਲਈ ਰੋਟੀ ਪਾਣੀ ਸਾਰਾ ਤਿਆਰ ਕਰਕੇ ਭੇਜ ਰਹੇ ਹਾਂ, ਅਸੀਂ ਵੀ ਹੁਣ ਆਪ ਧਰਨੇ 'ਚ ਵੀ ਆਏ ਹਾਂ, ਹਾਂ ਇੱਥੇ ਆਉਂਦੇ ਹਾਂ ਧਰਨੇ ਦੇ ਵਿੱਚ, ਫਿਰ ਆਪਣੇ ਸਾਡੇ ਸਾਰੇ ਪਰਿਵਾਰ ਉਹੀਓ ਬੈਠੇ ਨੇ, ਘਰ ਦੀ ਜ਼ਿੰਮੇਵਾਰੀ ਵੀ ਬੀਬੀਆਂ ਚੱਕ ਰਹੀਆਂ ਨੇ, ਤੇ ਨਾਲੇ ਇਸ ਧਰਨੇ ਤੇ ਵੀ ਗੇੜਾ ਮਾਰਦੀਆਂ ਨੇ। ਬੀਬੀ ਜੀ, ਘਰਾਂ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਬੀਬੀਆਂ ਤੇ ਜ਼ਿਆਦਾ ਆ ਗਈ, ਕਿਉਂਕਿ ਜਿਹੜੇ ਕਿਸਾਨ ਨੇ ਉਹ ਤਾਂ ਸਾਰੇ ਇੱਥੇ ਧਰਨੇ ਤੇ ਦੇਖ ਰਹੇ ਹਨ। ਗੱਲ ਨਹੀਂ ਜੀ, ਬੀਬੀਆਂ ਵੀ ਨਾਲ ਪੈਰਾ ਦੇਣਗੀਆਂ ਠੋਕ ਕੇ ਕਿਸਾਨਾਂ ਦੇ, ਕਿਸਾਨਾਂ ਨੂੰ ਕੋਈ ਟੈਨਸ਼ਨ ਨਹੀਂ ਘਰਾਂ ਦੀ, ਕਿਸਾਨਾਂ ਨੂੰ ਇਹ ਟੈਨਸ਼ਨ ਆ ਸਾਡੇ ਕਾਨੂੰਨ ਵਾਪਸ ਕਰੇ, ਬਸ ਸਰਕਾਰ ਸਾਨੂੰ ਇਹੀ ਟੈਨਸ਼ਨ ਆ ਜੀ, ਅੱਗੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦਿਖਾਵਾਂਗੇ, ਸਾਡੇ ਬੱਚੇ ਕੀ ਕਹਿਣਗੇ ਸਾਨੂੰ, ਤੁਸੀਂ ਇਹ ਦੱਸੋ। ਕਈ ਕਿਸਾਨਾਂ ਦੀਆਂ ਖਬਰਾਂ ਇਸ ਤਰ੍ਹਾਂ ਆਈਆਂ, ਉਹਨਾਂ ਦੇ ਪਿੱਛੇ ਪਰਿਵਾਰ ਦੇ ਜੀ ਬਿਮਾਰ ਨੇ, ਘਰਾਂ ਦੇ ਵਿੱਚ ਲੋਕ ਬਿਮਾਰ ਨੇ, ਪਰ ਉਹ ਧਰਨੇ ਤੇ ਬੈਠੇ ਨੇ। ਦੇਖੋ ਸਭ ਨੂੰ ਪਤਾ ਜੀ, ਬਿਮਾਰ ਤਾਂ ਹੁੰਦੇ ਹੀ ਨੇ, ਦੇਖੋ ਸਭ ਨੂੰ ਸੋਚ ਹੁੰਦੀ ਆਪਣੇ ਘਰਾਂ ਦੀ, ਖੱਟੜ ਸਰਕਾਰ ਦੇਖ ਰਿਹਾ ਆਪਣਾ ਘਰ ਇੱਕ ਦਿਨ ਛੱਡ ਕੇ ਬੈਠ ਕੇ, ਸਾਡੀਆਂ ਮੰਗਾਂ ਕਿਉਂ ਨਹੀਂ ਪੂਰੀਆਂ ਕਰਨ ਦਿੰਦਾ, ਨਾ ਸਾਨੂੰ ਅੱਗੇ ਲੱਗਣ ਦਿੰਦਾ ਇਹ। ਅੱਛਾ, ਮਨ ਦੇ ਵਿੱਚ ਕਦੇ ਡਰ ਨਹੀਂ ਆਉਂਦਾ ਗਾ, ਜਿਵੇਂ ਸ਼ੁਭਕਰਨ ਚਲਾ ਗਿਆ, ਹੋਰ ਇੰਨੀਆਂ ਮੌਤਾਂ ਹੋ ਗਈਆਂ, ਕਦੇ ਕਦੇ ਜ਼ਹਿਨ ਦੇ ਵਿੱਚ ਆਏ ਨਹੀਂ? ਕੋਈ ਡਰ ਨਹੀਂ ਲੱਗਦਾ ਜੀ, ਸ਼ੁਭਕਰਨ ਇਕੱਲਾ ਘਰ ਦਾ ਚਿਰਾਗ ਤੀ ਜੀ, ਦੇਖੋ ਉਹ ਚਲੇ ਗਿਆ, ਉਹਨੇ ਗੋਲੀ ਖਾਈ ਸਿਰ ਤੇ, ਅਸੀਂ ਉਹਦਾ ਵੀ ਇਨਸਾਫ਼ ਮੰਗਦੇ ਹਾਂ, ਉਹਦੇ ਵੀ ਪਰਿਵਾਰ ਨੂੰ ਸਭ ਕੁਝ ਪਿੱਛੇ ਮਿਲਣਾ ਚਾਹੀਦਾ ਜੀ, ਦੇਖੋ ਠੀਕ ਆ, ਅਸੀਂ ਵੀ ਆਪਣੇ ਬੱਚੇ ਮੂਹਰੇ ਕਰੇ ਬਿਨਾਂ, ਸਾਨੂੰ ਕੋਈ ਡਰ ਨਹੀਂ ਹੈਗਾ, ਜਿਹਦੇ ਚਿਰ ਸਾਡੇ ਕਾਲੇ ਕਾਨੂੰਨ ਨਹੀਂ ਇਹ ਵਾਪਸ ਕਰਦਾ ਹੈਗਾ, ਸਾਨੂੰ ਕੋਈ ਡਰ ਨਹੀਂ, ਅਸੀਂ ਕਰਾ ਕੇ ਹਟਾਂਗੇ, ਅਸੀਂ ਕਰਾਉਣ ਜਾਣਦੇ ਹਾਂ, ਠੀਕ ਆ ਜੀ। ਇਹ ਇੱਕ ਪ੍ਰਦਰਸ਼ਨ ਦਾ ਆਪਣਾ ਤਰੀਕਾ, ਇਹ ਬੀਬੀਆਂ ਦਾ ਜਥਾ ਪਟਿਆਲਾ ਦੇ ਪਿੰਡ ਮੰਡੋਲੀ ਤੋਂ ਇੱਥੇ ਪਹੁੰਚਿਆ, ਤਸਵੀਰਾਂ ਤੁਹਾਡੇ ਸਾਹਮਣੇ ਨੇ, ਇੱਥੇ ਆ ਕੇ ਪ੍ਰਦਰਸ਼ਨ ਕਰ ਰਹੇ ਨੇ, ਪ੍ਰਦਰਸ਼ਨ ਕੀਤਾ ਜਾ ਰਿਹਾ ਇਹਨਾਂ ਬੀਬੀਆਂ ਦੇ ਵੱਲੋਂ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਹੱਥਾਂ ਦੇ ਵਿੱਚ ਕਿਸਾਨੀ ਝੰਡੇ ਨੇ,
ਕਹਿੰਦੇ ਨੇ ਕਿ ਬੇਸ਼ੱਕ ਕਿਸਾਨ ਇੱਥੇ ਨੇ, ਘਰਾਂ ਦੀ ਜ਼ਿੰਮੇਵਾਰੀ ਬੀਬੀਆਂ ਤੇ ਹੈ, ਪਰ ਬੀਬੀਆਂ ਕਹਿੰਦੀਆਂ ਨੇ ਕਿ ਪਰਵਾਹ ਨਹੀਂ ਕਰਨੀ, ਅਸੀਂ ਨਾਲ ਖੜੀਆਂ ਡਟ ਕੇ, ਬੰਦੇ ਜੇ ਧਰਨੇ ਤੇ ਨੇ ਤਾਂ ਬੀਬੀਆਂ ਘਰ ਦੀ ਜ਼ਿੰਮੇਵਾਰੀ ਵੀ ਸਾਂਭ ਰਹੀਆਂ ਨੇ ਤੇ ਨਾਲ ਹੀ ਇੱਥੇ ਵੀ ਟਾਈਮ ਟੂ ਟਾਈਮ ਸਮਾਂ ਕੱਢ ਕੇ ਇੱਥੇ ਆ ਕੇ ਵੀ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਤਸਵੀਰ ਹੈ ਮੇਰੇ ਪਿੱਛੇ, ਇਹ ਬੀਬੀਆਂ ਦਾ ਜਥਾ ਹੈ ਨਾਅਰੇਬਾਜ਼ੀ ਹੋ ਰਹੀ ਔਰ ਮੇਰੇ ਸਾਹਮਣੇ ਕਿਸ ਤਰ੍ਹਾਂ ਦੀ ਤਸਵੀਰ। ਅੱਜ 16ਵੇਂ ਦਿਨ ਉਸੇ ਤਰ੍ਹਾਂ ਦਾ ਬੈਰੀਕੇਡ, ਉਸੇ ਤਰ੍ਹਾਂ ਫੋਰਸ ਲੱਗੀ ਹੋਈ ਹੈ ਔਰ ਵਿਚਕਾਰ ਇੱਕ ਅਜੀਬ ਕਿਸਮ ਦਾ ਸਨਾਟਾ ਪਸਰਿਆ ਹੋਇਆ, ਜਿਵੇਂ ਸ਼ਾਇਦ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਵੀ ਸ਼ਾਇਦ ਇਸ ਤਰ੍ਹਾਂ ਦਾ ਸਨਾਟਾ ਤੁਹਾਨੂੰ ਨਜ਼ਰ ਨਾ ਆਵੇ, ਪਰ ਉਹ ਸਨਾਟਾ ਇੱਥੇ ਘੱਗਰ ਦੇ ਪੁਲ ਤੇ ਸ਼ੰਭੂ ਬੈਰੀਅਰ ਤੇ ਪਸਰਿਆ ਹੋਇਆ ਇਹ ਤਸਵੀਰ ਹੈ 16ਵੇਂ ਦਿਨ ਦੀ। ਤਾਂ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ, ਹਾਲਾਂਕਿ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਗੱਲਬਾਤ ਦੇ ਰਾਹੀਂ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹੁਣ ਅੱਗੇ ਕੀ ਰਸਤਾ ਅਖਤਿਆਰ ਹੋਏਗਾ, ਕੀ ਕਿਸਾਨ ਇੱਥੇ ਬੈਠ ਕੇ ਪ੍ਰਦਰਸ਼ਨ ਕਰਨਗੇ ਜਾਂ ਫਿਰ ਦਿੱਲੀ ਕੂਚ ਦਾ ਕੋਈ ਨਵਾਂ ਪ੍ਰੋਗਰਾਮ ਐਲਾਨਿਆ ਜਾਵੇਗਾ, ਉਸ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ ਹੈ। ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਸ਼ੰਭੂ ਬੈਰੀਅਰ।